ਅੱਜ ਇੱਕ ਬੜੇ ਅਹਿਮ ਇਸ਼ੂ ਦੇ ਉੱਤੇ ਜਿਹੜਾ ਨਿਆਂਪਾਲਿਕਾ ਦੇ ਨਾਲ ਸੰਬੰਧਿਤ ਹੈਗਾ, ਜਿਹੜਾ ਸੁਪਰੀਮ ਕੋਰਟ ਦੇ ਜੱਜਸ ਨੇ, ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵਿਰੁੱਧ ਐਸੀਆਂ ਐਸੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਕਿ ਲੋਕਤੰਤਰ ਵਾਸਤੇ ਜ਼ਰੂਰੀ ਕਵਾਂਗਾ, ਉਨ੍ਹਾਂ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਸਤੇ। ਸੋ ਦੋਸਤੋ, ਮੈਂ ਸੰਖੇਪ ਦੇ ਵਿਚ ਕਵਾਂ, ਡੇਢ ਕੁ ਮਹੀਨਾ ਪਹਿਲਾਂ ਪੰਜਾਬ ਦੇ ਅੰਦਰ ਸੁਖਪਾਲ ਖਹਿਰਾ ਨਿਆਂ ਨਾ ਦੇਣ ਵਾਸਤੇ ਇਕ ਆਡੀਓ ਵਾਇਰਲ ਹੋਇਆ ਸੀ। ਉਹ ਆਡੀਓ ਮੈਂ ਚੰਡੀਗੜ੍ਹ ਪ੍ਰੈਸ ਦੇ ਜ਼ਰੀਏ ਲੋਕਾਂ ਦੀ ਕਚਹਿਰੀ ਚ, ਕਿਉਂਕਿ ਲੋਕਾਂ ਦੇ ਨੌਕਰ ਹਾਂ, ਆਪਣੇ ਮਾਲਕਾਂ ਦੀ ਕਚਹਿਰੀ ਦੇ ਵਿਚ ਲੈ ਕੇ ਗਿਆ ਸੀ ਵੀ ਇਹਦੇ ਤੇ ਲੋਕ ਆਪਣਾ ਓਪੀਨੀਅਨ ਦੇਣ, ਲੋਕ ਦੱਸਣ ਵੀ ਕੀ ਹੋਣਾ ਚਾਹੀਦਾ, ਇਹਦੇ ਤੇ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਸੀ। ਡੇਢ ਮਹੀਨੇ ਦੇ ਕਰੀਬ ਅਰਸਾ ਹੋ ਗਿਆ, ਅੱਜ ਤੱਕ ਕੋਈ ਛਾਣਬੀਣ, ਕੋਈ ਇਨਵੈਸਟੀਗੇਸ਼ਨ, ਕੋਈ ਸੀਬੀਆਈ, ਕੋਈ ਪੁਲਿਸ, ਕੁਛ ਨਹੀਂ ਹੋਇਆ। ਉਹ ਆਡੀਓ ਜਿਹਦੇ ਵਿਚ ਇਕ ਜੱਜ ਦੇ ਨਾਲ ਨਾਲ ਸੂਬੇ ਦੇ ਮੁੱਖ ਮੰਤਰੀ ਦਾ ਨਾਮ ਵੀ ਬੋਲਦਾ, ਤੇ ਉਸ ਆਡੀਓ ਨੂੰ ਤੁਹਾਡੇ ਜ਼ਰੀਏ ਆਪਣੇ ਮਾਲਕਾਂ ਲੋਕਾਂ ਦੀ ਕਚਹਿਰੀ ਚ ਲੈ ਕੇ ਜਾਣ ਬਦਲੇ ਪੰਜਾਬ ਵਿਧਾਨ ਸਭਾ ਦੇ ਅੰਦਰ ਬੈਂਸ ਭਰਾਵਾਂ ਦੇ ਖਿਲਾਫ਼ ਨਿੰਦਾ ਪ੍ਰਸਤਾਵ ਲੈ ਕੇ ਆਏ, ਤੇ ਨਿੰਦਾ ਪ੍ਰਸਤਾਵ ਲਿਆਉਣ ਵਾਲਾ ਸੱਜਣ ਸੂਬੇ ਦਾ ਐਡਵੋਕੇਟ ਜਨਰਲ ਅਤੁਲ ਨੰਦਾ। ਅੱਜ ਕਿਉਂਕਿ ਸੁਪਰੀਮ ਕੋਰਟ ਦੇ ਜੱਜਿਸ ਨੇ ਇਹ ਕਿਹਾ ਕਿ ਲੋਕਤੰਤਰ ਖਤਰੇ ਦੇ ਵਿਚ ਹੈ, ਉਨ੍ਹਾਂ ਨੇ ਇਹ ਕਿਹਾ ਕਿ ਬਹੁਤ ਸਾਰੇ ਅਹਿਮ ਕੇਸਾਂ ਦੇ ਵਿਚ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ, ਮਨਮਰਜ਼ੀ ਦਾ ਇੰਟਰਪ੍ਰੀਟੇਸ਼ਨ ਮੇਰੇ ਤੋਂ ਵੱਧ ਸਿਆਣੇ ਤੁਸੀਂ ਬੈਠੇ ਹੋ ਕੱਢ ਸਕਦੇ ਹੋ। ਸੋ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਜਿਹੜਾ ਸੀਡੀ ਕਾਂਡ, ਜਿਹੜੀ ਸੀਡੀ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮ ਐਂਡ ਮੁੱਖ ਮੰਤਰੀ ਦਾ ਨਾਮ 35 ਲੱਖ ਰੁਪਈਆ ਖਹਿਰਾ ਕੇਸ ਦੇ ਵਿਚ ਅਸੀਂ ਚੀਫ ਜਸਟਿਸ ਸਾਹਿਬ ਨੂੰ ਮਿਲ ਕੇ ਸੀ, ਉਹ ਤੇ ਕੋਈ ਕਾਰਵਾਈ ਨਹੀਂ। ਸੋ ਅਸੀਂ ਡਿਮਾਂਡ ਕਰਦੇ ਹਾਂ ਵੀ ਇਕ ਮਹੀਨੇ ਦੇ ਅੰਦਰ ਉਹਦੇ ਤੇ ਥਾਰੋਲੀ ਛਾਣਬੀਣ ਕੰਪਲੀਟ ਕਰਕੇ, ਜਿਹੜੇ ਜੁਡੀਸ਼ਰੀ ਨੂੰ ਦਲਾਲ ਕਿਸਮ ਦੇ ਲੋਕ ਬਦਨਾਮ ਕਰ ਰਹੇ ਆ, ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤੇ ਅਤੁਲ ਨੰਦਾ ਜਿਹੜਾ ਨਿੰਦਾ ਪ੍ਰਸਤਾਵ ਬੈਂਸ ਭਰਾਵਾਂ ਦੇ ਵਿਰੁੱਧ ਲੈ ਕੇ ਆਇਆ ਸੀ, ਉਹ ਕਿਹੜੀ ਸ਼ਕਤੀ ਦੇ ਪ੍ਰਭਾਵ ਚ ਲੈ ਕੇ ਆਇਆ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਲੋਕਾਂ ਦੀ ਕਚਹਿਰੀ ਲੋਕ ਆਪਣੇ ਨੁਮਾਇੰਦੇ ਚੁਣ ਕੇ ਪੰਜਾਬ ਵਿਧਾਨ ਸਭਾ ਦੇ ਅੰਦਰ ਭੇਜਦੇ ਆ, ਜੇ ਉਥੇ ਸੱਚ ਦੀ ਗੱਲ ਨਾ ਕਰਾਂਗੇ ਤੇ ਕਰਾਂਗੇ ਕਿੱਥੇ। ਸੋ ਅੱਜ ਮੈਂ ਇਸ ਗੱਲ ਦੀ ਫਿਰ ਮੰਗ ਕਰਦਾ ਕਿ ਸੀਬੀਆਈ ਤੋਂ ਜਾਂਚ ਕਰਾਓ, ਜਿਹੜਾ ਜੱਜ ਦੇ ਵਿਰੁੱਧ 35 ਲੱਖ ਰੁਪਈਆ ਦੇਣ ਦਾ ਮਾਮਲਾ ਅਮਿਤ ਚੌਧਰੀ ਬੋਲਿਆ ਉਸ ਸੀਡੀ ਦੇ ਵਿਚ, ਉਹਦੀ ਜਾਂਚ ਹੋਣੀ ਚਾਹੀਦੀ। ਇਕ ਮਹੀਨੇ ਦੇ ਅੰਦਰ ਜਾਂਚ ਨਾ ਕੀਤੀ ਤੇ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿਚ ਇਕ PIL ਦਾਇਰ ਕਰਾਂਗੇ। ਸੋ ਮੈਂ ਇਸ ਗੱਲ ਦਾ ਫੇਰ ਧੰਨਵਾਦ ਕਰਦਾ ਕਿ ਸਾਡਾ ਨਿਆਂਪਾਲਿਕਾ ਦੇ ਵਿਚ ਵਿਸ਼ਵਾਸ ਅਟੁੱਟ, ਸਾਡਾ ਵਿਸ਼ਵਾਸ ਵਧਿਆ। ਜੇ ਜੱਜਿਸ ਨੇ ਇਹ ਗੱਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵਿਰੁੱਧ ਕਹੀ ਆ, ਜਿੱਥੇ ਅਸੀਂ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ, ਤੇ ਮੈਂ ਇਹ ਗੱਲ ਦੁਹਰਾਵਾਂਗਾ ਕਿ ਸਾਡਾ ਨਿਆਂਪਾਲਿਕਾ ਦੇ ਵਿਚ ਵਿਸ਼ਵਾਸ ਹੋਰ ਵਧਿਆ ਕਿ ਨਿਆਂਪਾਲਿਕਾ ਦੇ ਅੰਦਰ ਜਿਹੜੇ ਲੋਕ ਆ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਦਲਾਲ ਕਿਸਮ ਦੇ ਲੋਕ ਤੁਰੇ ਫਿਰਦੇ, ਉਨ੍ਹਾਂ ਦੀ CBI ਤੋਂ ਜਾਂਚ ਜ਼ਰੂਰ ਹੋਣੀ ਚਾਹੀਦੀ। ਲੁਧਿਆਣਾ ਸੇ ਜਾਗ੍ਰਤੀ ਲਹਿਰ ਕੇ ਲਈ ਸੁਰਿੰਦਰ ਅਰੋੜਾ ਕੀ ਰਿਪੋਰਟ।